ਤੇ ਬ੍ਰੇਕ ਤੋਂ ਬਾਅਦ ਦੋਸਤੋ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਹੁਣ ਪੰਜਾਬ ਦੇ ਵਿੱਚ ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ, ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ। ਸਮੱਸਿਆ ਹਰ ਸਾਲ ਦੀ ਤਰ੍ਹਾਂ ਇੱਕ ਹੀ ਆਉਂਦੀ ਹੈ ਕਿ ਜਿਹੜੀ ਫਸਲਾਂ ਹਨ ਉਹਨਾਂ ਨੂੰ ਹੁਣ ਕਿੱਥੇ ਸਟੋਰ ਕੀਤਾ ਜਾਵੇ। ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨਜ਼ਰ ਆ ਰਹੇ ਹਨ। ਇੱਕ ਵੀਡੀਓ ਪਹਿਲਾਂ ਮੈਂ ਤੁਹਾਨੂੰ ਦਿਖਾ ਰਿਹਾ, ਉਸ ਵੀਡੀਓ ਤੋਂ ਬਾਅਦ ਮੈਂ ਤੁਹਾਨੂੰ ਕੁਝ ਦੱਸਾਂਗਾ ਵੀ ਤੁਹਾਨੂੰ ਸੁਣ ਕੇ ਬਹੁਤ ਹੈਰਾਨੀ ਹੋਏਗੀ। ਪਹਿਲਾਂ ਵੀਡੀਓ ਵੇਖੋ। ਇਹ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੌਨਸੂਨ ਪਿਆ, ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ। ਇਹ ਇੱਕ ਸਟੋਰੇਜ ਹੈਗਾ ਜਿੱਥੇ ਸਾਰੇ ਅਨਾਜ ਨੂੰ ਸਟੋਰ ਕੀਤਾ ਜਾਂਦਾ। ਜਦ ਮੀਂਹ ਪੈਂਦਾ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਅਨਾਜ ਨੂੰ ਬਚਾ ਸਕੀਏ, ਕਿ ਅਸੀਂ ਆਪਣੇ ਅਨਾਜ ਨੂੰ ਬਚਾਈਏ। ਲੇਕਿਨ ਇਹ ਅਨਾਜ ਦੇ ਉੱਤੋਂ ਦੀ ਤਰਪਾਲ ਹਟਾਈ ਜਾ ਰਹੀ ਹੈ, ਇਸ ਕਰਕੇ ਹਟਾਈ ਜਾ ਰਹੀ ਹੈ ਤਾਂ ਕਿ ਹੁਣ ਸਾਨੂੰ ਫਾਇਦਾ ਹੋਏ। ਮੀਂਹ ਪੈ ਗਿਆ, ਹੁਣ ਅਫਸਰਾਂ ਦੀ ਲੋਟਰੀ ਲੱਗੀ, ਹੁਣ ਸਿਆਸਤਦਾਰਾਂ ਦੀ ਲੋਟਰੀ ਲੱਗੀ ਕਿ ਜੇ ਇਹ ਜਿਹੜਾ ਅਨਾਜ ਹੈ ਭਿੱਜੇਗਾ ਤਾਂ ਸਾਡੀ ਹੁਣ ਦੁਕਾਨਦਾਰੀ ਅਤੇ ਸਾਡੀ ਲੋਟਰੀ ਸ਼ੁਰੂ ਹੋ ਗਈ। ਉਹ ਕਿਵੇਂ ਹੁੰਦੀ ਹੈ? ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਅਨਾਜ ਜਾਣ ਬੁੱਝ ਕੇ ਇਸ ਮੀਂਹ ਦੇ ਵਿੱਚ ਗੀਲਾ ਕੀਤਾ ਜਾ ਰਿਹਾ, ਖਰਾਬ ਕੀਤਾ ਜਾ ਰਿਹਾ, ਜਿਹੜਾ ਕਿ 18 ਜਾਂ 20 ਰੁਪਏ ਸਰਕਾਰ ਇਹਨੂੰ ਖਰੀਦੀ ਹੈ। ਹੁਣ ਜਦ ਇਹ ਖਰਾਬ ਹੋ ਜਾਏਗਾ ਤਾਂ ਇਹਦਾ ਭਾਵ 1 ਜਾਂ 2 ਰੁਪਏ ਰਹਿ ਜਾਏਗਾ, ਔਰ ਜਦ 1 ਜਾਂ 2 ਰੁਪਏ ਰਹਿ ਜਾਏਗਾ ਤਾਂ ਫਿਰ ਜਿਹੜੇ ਡਿਸਟਿਲਰੀ ਵਾਲੇ ਨੇ, ਜਿਹੜੀ ਸ਼ਰਾਬਾਂ ਬਣਾਉਂਦੇ ਨੇ, ਜਿਹੜੇ ਬੀਅਰ ਬਣਾਉਂਦੇ ਹਨ, ਉਹ ਫਿਰ ਵਿੱਚ ਆ ਜਾਣਗੇ। ਉਹ ਇਸ ਅਨਾਜ ਨੂੰ 9 ਰੁਪਏ ਤੋਂ ਖਰੀਦਣਗੇ, ਯਾਨੀ ਕਿ ਜਿਹੜਾ ਇਹਦਾ ਭਾਵ 20 ਰੁਪਏ ਸੀਗਾ ਉਹ ਭਾਵ ਹੁਣ ਸਿਰਫ 1 ਰੁਪਏ ਰਹਿ ਗਿਆ, ਜਾਂ 1.5 ਰੁਪਏ ਰਹਿ ਗਿਆ, ਜਾਂ ਫਿਰ 50 ਪੈਸੇ ਰਹਿ ਗਿਆ। ਇਹ ਇਹਨਾਂ ਸਸਤੇ ਭਾਵ 'ਚ ਮੁੜ ਤੋਂ ਇਹਨਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਵੇਚਿਆ ਜਾਂਦਾ ਹੈ। ਯਾਨੀ ਕਿ ਜਿਹੜਾ ਕਿਸਾਨ ਇੰਨੀ ਪੂਰੇ ਸਾਲ ਮਿਹਨਤ ਕਰਕੇ ਆਪਣੀ ਜਿਹੜੀ ਫਸਲ ਉਗਾਉਂਦਾ, ਉਹਦਾ ਭਾਵ, ਉਹਦਾ ਉਹਨੂੰ ਪ੍ਰਾਈਸ ਕਿਉਂ ਨਹੀਂ ਮਿਲ ਪਾ ਰਿਹਾ ਪੰਜਾਬ ਦੇ ਵਿੱਚ? ਇਹੀ ਕਾਰਨ ਹੈ। ਮੈਂ ਚਾਹਾਂਗਾ ਟੈਕਨੀਕਲ ਟੀਮ ਨੂੰ ਇੱਕ ਵਾਰੀ ਦੁਬਾਰਾ ਤੋਂ ਵੀਡੀਓ ਦਿਖਾਉਣ, ਸਾਡੇ ਦਰਸ਼ਕ ਵੀ ਦੇਖਣ ਕਿ ਕਿਵੇਂ ਇੰਟੈਂਸ਼ਨਲੀ ਇਸ ਤਰਪਾਲ ਨੂੰ ਹਟਾਇਆ ਜਾ ਰਿਹਾ। ਇਹ ਤਰਪਾਲ ਕਿਉਂ ਹਟਾਈ ਜਾ ਰਹੀ ਹੈ? ਤਾਂ ਕਿ ਇਹ ਫਸਲ ਭਿੱਜੇ, ਭਿੱਜਣ ਤੋਂ ਬਾਅਦ ਇਹਦਾ ਮੁੱਲ ਜਿਹੜਾ ਘਟੇ, ਘਟਣ ਤੋਂ ਬਾਅਦ ਜਿਹੜਾ ਕਿਸਾਨ ਹੈ ਉਹ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰੀ ਰਿਹਾ, ਫਾਂ ਲਾਈ ਰਿਹਾ, ਉਹ ਲਾਉਂਦਾ ਰਹੇ, ਸਾਨੂੰ ਕੋਈ ਪਰਵਾਹ ਨਹੀਂ ਹੈ। ਸਾਨੂੰ ਤਾਂ ਪਰਵਾਹ ਆਪਣੇ ਪੈਸਿਆਂ ਦੀ ਹੈ, ਆਪਣੇ ਘਰ ਬਣਾਉਣ ਦੀ ਹੈ, ਆਪਣੀ ਕੋਠੀ ਖੜੇ ਕਰਨ ਦੀ ਹੈ, ਆਪਣੇ ਗੱਡੀ ਦਾ ਚੱਲਣ ਦੀ ਹੈ। ਲੇਕਿਨ ਸਾਨੂੰ ਨਹੀਂ ਪਰਵਾਹ ਉਹ ਕਿਸਾਨ ਚਾਹੇ ਫਾਂ ਲਾਏ ਜਾਂ ਨਾ ਲਾਏ, ਸਾਨੂੰ ਤਾਂ ਫਾਇਦਾ ਹੈ ਕਿ ਸਿਰਫ ਮੀਂਹ ਪਏ। ਮੀਂਹ ਪਏਗਾ, ਸਾਡੇ ਖਜ਼ਾਨੇ ਭਰਨਗੇ। ਅੱਜ ਮੇਰੇ ਨਾਲ ਮੌਜੂਦ ਨੇ ਫੋਨ ਲਾਈਨ 'ਤੇ ਪ੍ਰੋਫੈਸਰ ਮਨਜੀਤ ਸਿੰਘ ਜੀ, ਖੇਤੀਬਾੜੀ ਮਾਹਿਰ ਨੇ, ਐਗਰੀਕਲਚਰ ਐਕਸਪਰਟ ਨੇ, ਪਹਿਲਾਂ ਵੀ ਸਾਡੇ ਨਾਲ ਕਈ ਵਾਰ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਿਆ ਮਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ। ਹਾਂ, ਧੰਨਵਾਦ ਆਲੂ ਵਾਲੀਆ ਜੀ। ਮਨਜੀਤ ਜੀ, ਮੈਂ ਜਾਣਨਾ ਚਾਹਾਂਗਾ, ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਤਿਰਪਾਲ ਜਾਣ ਮੁੱਝ ਕੇ ਹਟਾਈ ਜਾ ਰਹੀ ਹੈ ਤਾਂ ਕਿ ਇਹ ਜਿਹੜਾ ਅਨਾਜ ਹੈ ਖਰਾਬ ਹੋਏ। 20 ਰੁਪਏ ਦਾ ਅਨਾਜ 2 ਰੁਪਏ ਵਿਕਦਾ ਮੰਡੀ ਦੇ ਵਿੱਚ ਉਹਨਾਂ ਠੇਕੇਦਾਰਾਂ ਨੂੰ ਜੋ ਕਿ ਸ਼ਰਾਬ ਬਣਾਉਣ ਦੇ ਕੰਮ ਆਉਂਦੀ ਹੈ, ਅਤੇ ਉਹ ਕਿਸਾਨ ਕਿੱਥੇ ਗਿਆ ਜਿਹੜੇ ਪੂਰੀ ਸਾਲ ਮਿਹਨਤ ਕਰਕੇ, ਆਪਣੇ ਖੂਨ ਪਸੀਨਾ ਇੱਕ ਕਰਕੇ ਇਸ ਅਨਾਜ ਨੂੰ ਉਗਾਉਂਦਾ ਔਰ ਚਾਹੁੰਦਾ ਕਿ ਉਹਦਾ ਜਿਹੜਾ ਮੁੱਲ ਹੈ, ਉਹਦਾ ਭਾਵ ਉਹਨੂੰ ਸਹੀ ਰੇਟ ਨਾਲ ਮਿਲ ਸਕੇ? ਹਾਂ, ਇਹ ਦੇਖੋ, ਸਟੋਰੇਜ ਦੀ ਹਿੰਦੁਸਤਾਨ ਚ ਆਲੂ ਵਰਗਾ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ। ਪਰ ਪੰਜਾਬ ਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਸੀ ਜਿਹੜਾ ਦਿੱਤਾ ਨਹੀਂ। ਉਸ 'ਤੇ ਇਹਨਾਂ ਨੇ ਜ਼ਰੂਰ ਕੀਤਾ ਕਿ ਜਿਵੇਂ ਮੰਡੀ ਬੋਰਡ ਵੱਲੋਂ ਮੰਡੀਆਂ, ਸੜਕਾਂ, ਮੰਡੀਆਂ ਪੱਕੀਆਂ ਕੀਤੀਆਂ, ਕੁਝ ਸ਼ੈੱਡ ਵੀ ਪਾਏ ਆ, ਪਰ ਅਜੇ ਵੀ ਸਾਡੇ ਕੋਲ ਜਿੰਨਾ ਅਨਾਜ ਪੰਜਾਬ ਦੇ ਵਿੱਚ ਪੈਦਾ ਹੁੰਦਾ ਆ, ਤਕਰੀਬਨ 325 ਲੱਖ ਟਨ ਦੇ ਕਰੀਬ ਕਰੀਬ ਕਣਕ ਤੇ ਜਿਹੜਾ ਧਾਨ ਆ, ਦੋਵਾਂ ਨੂੰ ਮਿਲਾ ਲਓ ਤੇ ਇੰਨਾ ਕੁ ਬਣਦਾ ਹੈ। ਇਹ ਕਾਫੀ ਅਨਾਜ ਆ। ਇਹਦੇ ਚੋਂ 2/3 ਜਾਣੀ 60-65% ਲਈ ਕੋਈ ਜਗ੍ਹਾ ਨਹੀਂ ਆ ਓਪਨ ਸਟੈਕਸ, ਜਿਹੜਾ ਬਾਕੀ ਦਾ ਆ ਤੀਜਾ ਹਿੱਸਾ ਜਿਹੜਾ ਉਸਨੂੰ ਇਹ ਸ਼ੈੱਡ ਦੇ ਅੰਦਰ ਲਾ ਸਕਦੇ ਆ। ਤੇ ਕਿਉਂਕਿ ਅਨਾਜ ਇੰਨਾ ਜ਼ਿਆਦਾ, ਇਹਦੇ ਵੈਸੇ ਖੁਸ਼ ਹੋਣਾ ਚਾਹੀਦਾ ਕਿ ਗ੍ਰੇਨ ਬਾਊਲ ਆਫ ਇੰਡੀਆ ਇਹਨੂੰ ਕਹਿੰਦੇ ਆ ਕਿ ਪੰਜਾਬ ਨੂੰ, ਤੇ ਇੱਥੋਂ ਖੁਸ਼ ਹੋਣਾ ਚਾਹੀਦਾ। ਪਰ ਇਹ ਜਿਹਦੀ ਬੇਅਦਬੀ ਹੁੰਦੀ ਆ ਅਨਾਜ ਦੀ ਉਦੋਂ ਬਾਅਦ, ਖਰੀਦਣ ਤੋਂ ਬਾਅਦ, ਉਹ ਇੱਕ ਆਪਣੇ ਆਪ 'ਚ ਬੜਾ ਵੱਡਾ ਰੈਕਟ ਹੈ। ਇਹ ਤੁਹਾਡੀ ਗੱਲ ਠੀਕ ਹੈਗੀ, ਉਹਦੇ 'ਚ ਕਿਹੜੇ ਕਿਹੜੇ ਕੌਣ ਕੌਣ ਕਿੰਨੇ ਆਪਣੇ ਹੱਥ ਰੰਗਦੇ ਆ ਉਹ ਪਤਾ ਹੈਗਾ, ਪਬਲਿਕ ਨੌਲੇਜ ਹੈ, ਪਰ ਉਹਦੇ 'ਤੇ ਕੋਈ ਐਕਸ਼ਨ ਨਹੀਂ। ਇਹਦੇ ਬਾਰੇ ਜਿਹੜੀ ਜੋ ਓਵਰਆਲ ਹੀ ਇੰਡੀਆ ਦਾ ਆਲੂ ਵਾਲਿਆ ਜੀ ਲਿਆ ਜਾਏ ਤਾਂ ਤੁਹਾਨੂੰ ਪਤਾ ਕਿੰਨਾ ਲੌਸ ਹੁੰਦਾ, 45,000 ਕਰੋੜ ਰੁਪਏ ਦਾ ਐਨੁਅਲ ਲੌਸ ਹੁੰਦਾ ਇਹ ਅਨਾਜ ਦਾ। ਔਰ ਇਹ ਰੰਗੀ ਹੁਣਾਂ ਦੀ ਸਟੱਡੀ ਆ, ਸਟੱਡੀ PS ਰੰਗੀ ਦੀ, ਉਹ ਐਗਰੀਕਲਚਰ ਯੂਨੀਵਰਸਿਟੀ ਦੇ ਸੀਨੀਅਰ ਇਕਾਨੋਮਿਸਟ ਹੈਗੇ ਆ ਔਰ ਫਾਰਮਰਸ ਕਮਿਸ਼ਨ ਦੇ ਵਿੱਚ ਵੀ ਉਹ ਮੈਂਬਰ ਸੀਗੇ, ਔਰ ਉਹਨਾਂ ਨੇ ਇਹ ਦੱਸਿਆ ਕਿ 12
ਕਰੋੜ ਲੋਕਾਂ ਨੂੰ ਸਾਰਾ ਸਾਲ ਖਾਣਾ ਖਿਲਾਇਆ ਜਾ ਸਕਦਾ, ਇੰਨੀ ਵੇਸਟੇਜ ਆ, ਥੋੜਾ ਨਹੀਂ ਹੈ। ਪੰਜਾਬ 'ਚ ਵੀ ਇਸੇ ਤਰ੍ਹਾਂ ਹੀ ਆ, ਪੰਜਾਬ ਦੇ ਵਿੱਚ ਵੀ ਜਿਹੜੀ ਤਕਰੀਬਨ 1000 ਕਰੋੜ ਰੁਪਇਆ ਜਿਹੜਾ ਉਹ ਹਰ ਸਾਲ ਜਿਹੜਾ ਅਨਾਜ ਵੈਸੇ ਹੀ ਵੇਸਟ ਹੋ ਜਾਂਦਾ, ਤੇ ਇਸ ਲਈ ਇਹ ਜ਼ਰੂਰੀ ਹੈ ਕਿ ਕੋਈ ਨਾ ਕੋਈ ਸਾਈਲੋ ਸਿਸਟਮ। ਬੜੀ ਦੇਰ ਦੀਆਂ ਗੱਲਾਂ ਚੱਲਦੀਆਂ ਹੈ, ਇਹ ਬਾਦਲਾਂ ਦੀਆਂ ਚੱਲਦੀਆਂ, ਉਦੋਂ ਪਹਿਲਾਂ ਦੀਆਂ ਵੀ ਚੱਲਦੀਆਂ। 50 ਸਾਲ ਹੋ ਗਏ ਗ੍ਰੀਨ ਰੈਵੋਲਿਊਸ਼ਨ ਹੋਏ ਨੂੰ, ਤੁਸੀਂ 50 ਸਾਲਾਂ ਦੇ ਵਿੱਚ ਇਹ ਵੀ ਨਹੀਂ ਬਣਾ ਸਕੇ। ਤੇ ਸਾਈਲੋ ਸਿਸਟਮ ਜਿਹੜਾ ਸੀ ਉਹਦਾ ਜੇ ਇੱਕ ਵਾਰੀ ਬਣ ਜਾਓ, ਇੱਕ ਵਾਰੀ ਖਰਚਾ ਜ਼ਰੂਰ ਹੈ, ਜੇ 10 ਵੀ ਬਣਾਉਣ, 1000 ਕਰੋੜ ਰੁਪਇਆ ਇੱਕ ਸਾਈਲੋ ਨੂੰ ਲੱਗਦਾ ਹੈ, ਪਰ ਉਹਦੇ ਨਾਲ ਘੱਟੋ ਘੱਟ ਇਹਨਾਂ ਨੂੰ 185 ਰੁਪਈਏ ਪਰ ਕੁਇੰਟਲ ਹੈਂਡਲਿੰਗ ਚਾਰਜਸ ਜਿਹੜੇ ਉਹ ਸਾਰੇ ਬਚ ਜਾਣ, ਔਰ ਨਾਲੇ ਕੁਆਲਿਟੀ ਚੰਗੀ ਰਹੂਗੀ ਦਾਣਿਆਂ ਦੀ, ਨਾਲੇ ਉਹਨੂੰ ਕੋਈ ਹੋਰ ਕੋਈ ਕੀੜਾ ਪਤੰਗਾ ਖਾਂਦਾ ਇੱਧਰ ਉੱਧਰ ਕੁਛ ਨਹੀਂ, ਔਰ ਉਹਦੀ ਮਤਲਬ ਸਿੱਧਾ ਸਿੱਧਾ ਔਰ ਫਾਰਮਰਸ ਨੂੰ ਸਹੂਲੀਅਤ ਵੀ ਹੋਊਗੀ। ਸਿੱਧੀ ਟਰਾਲੀ ਲਿਆਂਦੀ ਉਹਨੂੰ, ਉਹ ਸਿੱਧਾ ਹੀ ਉਹਨੂੰ ਉੱਥੇ ਸਟੋਰ ਦੇ ਵਿੱਚ ਅਨਲੋਡ ਕਰਤਾ, ਜਿਵੇਂ ਸ਼ੂਗਰ ਮਿੱਲਾਂ ਤੇ ਗੰਨਾ ਸਿੱਧਾ ਹੀ ਚੁੱਕ ਲੈਂਦੇ ਟਰਾਲੀ ਕੋਲ। ਇਹ ਸਿਸਟਮ ਜਿਹੜਾ ਹੈਗਾ ਉਹ 'ਚ ਕੋਈ ਬੋਰੀਆਂ ਦੀ ਲੋੜ ਨਹੀਂ, ਹੋਰ ਲੇਬਰ ਦੀ ਲੋੜ ਨਹੀਂ, ਹਾਲਾਂਕਿ ਉਹਦੇ ਆਪਣੇ ਰੈਪਰਕਸ਼ਨ ਆ ਵੀ ਬਹੁਤ ਸਾਰੀ ਲੇਬਰ ਡਿਸਪਲੇਸ ਹੋ ਜਾਂਦੀ ਆ, ਹੋਰ ਕਈ ਕੁਛ ਹੈਗਾ ਆ ਇੰਪਲਾਇਮੈਂਟ ਦੇ ਹਿਸਾਬ ਦੇ ਨਾਲ, ਪਰ ਜਿਹੜੀ ਵੇਸਟੇਜ ਹੈਗੀ ਆ ਹਰ ਸਾਲ ਇੰਨੇ ਵੱਡੇ ਪੱਧਰ ਤੇ ਹੁੰਦੀ, ਉਹ ਬਚਾਉਣੀ ਬਹੁਤ ਜ਼ਰੂਰੀ ਹੈ। ਆਪਾਂ ਕਹਿ ਸਕਦੇ ਕਿ ਮਾਰਕ ਫੈਡਰ ਇਹ ਪੰਸਬ ਵਰਗੀਆਂ ਜਿਹੜੀਆਂ ਏਜੰਸੀਆਂ ਹੈਗੀਆਂ ਇਹ ਵਾਕਈ ਘਾਟ ਦੇ ਵਿੱਚ ਹੈਗੀਆਂ, ਲੋਸ ਦੇ ਵਿੱਚ ਹੈਗੀਆਂ, ਲੇਕਿਨ ਇਹ ਤਾਂ ਲੋਸ ਨਜ਼ਰ ਆ ਰਿਹਾ, ਜਾਣ ਵਿੱਚ ਕੇ ਆਪਣੀ ਫਸਲਾਂ ਨੂੰ ਖਰਾਬ ਕਰ ਰਹੀਆਂ ਹਨ ਤਾਂ ਕਿ ਸਸਤੇ ਭਾਅ ਦੇ ਵਿੱਚ ਵਿਕਣ ਜਾ ਕੇ। ਦੇਖੋ ਇਹ ਜੇ ਉਹਨਾਂ ਨੂੰ ਘਾਟਾ ਵਾਧਾ ਹੋਵੇ ਵੀ ਪਬਲਿਕ ਸੈਕਟਰ, ਪਬਲਿਕ ਸੈਕਟਰ ਜੇ ਮਿਹਨਤ ਨਾਲ ਕੰਮ ਕਰਨ ਕਦੀ ਨੀ ਘਾਟਾ ਪੈਂਦਾ, ਕਿਉਂਕਿ ਸਰਕਾਰਾਂ ਉਹਨਾਂ ਦੀਆਂ ਪਿੱਠ ਪਿੱਛੇ ਐਜ ਏ ਗਰੰਟਰ ਹੁੰਦੀਆਂ। ਪਰ ਇਹਦੇ ਵਨ ਟਾਈਮ ਇਨਵੈਸਟਮੈਂਟ ਆ, ਕੋਈ ਵੀ ਕਰੇ, ਗਵਰਨਮੈਂਟ ਕਰੇ, ਇਹਨਾਂ ਨੂੰ ਕਰਕੇ ਦੇ, ਕਾਂ ਤੋਂ ਕਾਂ ਇਹ ਤੇ ਕੈਲਕੂਲੇਟ ਕੀਤਾ ਜਾ ਸਕਦਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਸਵਾਲ ਆ ਕਿ ਜਦੋਂ ਇੰਟਰਸਟ ਹੀ ਇਸ ਗੱਲ 'ਚ ਹੋਵੇ ਵੀ ਨਹੀਂ ਕਰਨ 'ਚ ਫਾਇਦਾ ਆ, ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਉਹਨਾਂ ਨੂੰ ਚੀੜਿਆਂ ਨੂੰ ਵੀ ਖਾਣ ਦੇਣਾ, ਗਲਣ ਵੀ ਦੇਣਾ, ਕਈ ਵਾਰੀ ਜੇ ਉਹ ਅਖਬਾਰਾਂ 'ਚ ਅਸੀਂ ਪੜ੍ਹਦੇ ਹਾਂ ਵੀ ਇੰਨੀ ਵਾਰੀ ਉਹਦੇ 'ਤੇ ਸਪਰੇਅ ਹੋਇਆ ਹੁੰਦਾ ਓਪਨ ਸਟੈਕ 'ਤੇ 10-10, 12-12 ਵਾਰ, ਤੇ ਉਹ ਐਨੀਮਲ ਦੀ ਕੰਜ਼ਮਪਸ਼ਨ ਦੀ ਵੀ ਨਹੀਂ ਰਹਿੰਦੀ, ਤੁਸੀਂ ਉਹਦਾ ਕੈਟਲ ਫੀਡ ਵੀ ਨਹੀਂ ਬਣਾ ਸਕਦੇ, ਤੁਸੀਂ ਹਿਊਮਨ ਕੰਜ਼ਮਪਸ਼ਨ ਦੀ ਤੇ ਜਿਹੜੀ ਗੱਲ ਇਹ ਛੱਡ ਦਿਓ। ਇਸ ਕਰਕੇ ਇਹ ਜਿਹੜੀ ਵੇਸਟੇਜ ਆ ਇਹ ਤੇ ਈਜ਼ੀਲੀ ਬਚਾਈ ਜਾ ਸਕਦੀ ਹੈ। ਗੱਲਾਂ ਜ਼ਰੂਰ ਇੱਥੇ ਬੜੀ ਵਾਰੀ ਹੁੰਦੀਆਂ ਆ ਕਿ ਸਾਈਲੋ ਸਿਸਟਮ ਅਸੀਂ ਲਿਆਵਾਂਗੇ ਉਹਦੇ ਨਾਲ 10, ਹੁਣ ਵੀ ਸਾਡੇ ਕੋਲ ਦੇਖੋ ਬੜਾ ਸੋਹਣਾ ਰੇਲ ਟਰੈਕ ਹੈਗਾ ਆ, GT ਰੋਡ ਹੈਗੀ ਆ, ਹਾਈਵੇਜ਼ ਹੈਗੀ, ਰੇਲ ਦੇ ਟਰੈਕ ਦੇ ਨਾਲ ਨਾਲ ਵੀ ਇਹ 10 ਸਾਈਲੋ ਲੱਗ ਜਾਣ ਤੇ ਸਾਰਾ ਮਸਲਾ ਹੱਲ ਹੋ ਸਕਦਾ, ਕਿਉਂਕਿ ਉਹ ਤੀਜਾ ਹਿੱਸਾ ਜਿਹੜਾ ਗ੍ਰੇਨ ਦਾ ਉਸਨੂੰ ਆਪਾਂ ਸਟੋਰ ਕਰ ਸਕਦੇ ਹਾਂ, ਤੀਜਾ ਆਲਰੇਡੀ ਸਾਡੇ ਕੋਲ ਹੈਗਾ, ਤੇ ਇੱਕ ਜਿਹੜਾ ਤੀਜਾ ਹਿੱਸਾ ਉਹ ਹੌਲੀ ਹੌਲੀ ਨਿਕਲ ਸਕਦਾ ਆ, ਕਿਉਂਕਿ ਉਨੀ ਕੁ ਟਰਾਂਸਪੋਰਟ ਦੇ ਚਾਰ ਇੱਥੇ ਸਾਡੇ ਕੋਲ ਜ਼ਰੀਏ ਹੈਗੇ। ਪਰ ਮੇਰਾ ਖਿਆਲ ਹੈ ਕਿ ਕਿਤੇ ਲੈਕ ਆਫ ਵਿਲ ਜਾਂ ਇਹਦੇ ਵਿੱਚ ਉਹ ਲੋਕਾਂ ਦੇ ਮਿਸਮੈਨੇਜਮੈਂਟ ਕਹਿ ਸਕਦੇ ਆ, ਸਰਕਾਰਾਂ ਦੀ ਮਿਸਮੈਨੇਜਮੈਂਟ ਹੈ, ਬਿਲਕੁਲ ਵੀ ਮਿਸਮੈਨੇਜਮੈਂਟ ਵੀ ਹੋ ਸਕਦੀ ਹੈ, ਔਰ ਜਿਹੜੀ ਤੁਸੀਂ ਗੱਲ ਕਹੀ ਹੈ ਸ਼ੁਰੂ ਵਿੱਚ ਵੀ ਉਹਦੇ ਵਿੱਚ ਕੁਛ ਨਾ ਆਪਣੇ ਆਪਣੇ ਹਿੱਤ ਵੀ ਹੋ ਸਕਦੇ ਆ, ਵੀ ਕੁਛ ਲੌਬੀਜ਼ ਨੂੰ ਫਾਇਦਾ ਹੋ ਸਕਦਾ ਉਹਦੇ। ਇਹ ਤਾਂ ਸਾਫ ਦਰਸਾ ਰਹੀ ਹੈ ਨਾ ਪ੍ਰੋਫੈਸਰ ਸਾਹਿਬ, ਇਹ ਤਾਂ ਸਾਫ ਦਰਸਾ ਰਹੀ ਹੈ ਕਿ ਜਿਸ ਤਰੀਕੇ ਨਾਲ ਇੰਟੈਂਸ਼ਨਲੀ ਇਸ ਅਨਾਜ ਨੂੰ ਭੇਜਿਆ ਜਾ ਰਿਹਾ ਹੈ, ਇਨਸਟਿਡ ਆਫ ਉਹਨੂੰ ਤਰਪਾਲ ਤੁਸੀਂ ਲਾਓ, ਉਹਨੂੰ ਸਟੋਰ ਕਰੋ, ਤੁਸੀਂ ਤਾਂ ਉਹਨੂੰ ਖਰਾਬ ਕਰ ਰਹੇ ਹੋ ਫਸਲ ਨੂੰ, ਤਾਂ ਕਿ ਤੁਹਾਨੂੰ ਅੱਗੇ ਫਾਇਦਾ ਹੋਏ। ਜਿਹੜਾ 18-20 ਰੁਪਏ ਦਾ ਉਹਦਾ ਭਾਅ ਹੈ, 1-2 ਰੁਪਏ 'ਚ ਵਿਕੇ ਸਾਡੀ ਜੇਬਾਂ ਭਰਨ ਅਫਸਰ, ਮੈਨੂੰ ਲੱਗਦਾ ਕਈ ਅਫਸਰ ਵੀ ਇਹਦੇ ਵਿੱਚ ਹੋ ਸਕਦੇ ਨੇ, ਬਿਨਾਂ ਸਿਆਸਤਦਾਨਾਂ ਦੇ ਅਫਸਰ ਨਹੀਂ ਕਰ ਸਕਦੇ, ਤਾਂ ਇਹ ਕਿੱਥੇ ਨਾ ਕਿੱਥੇ ਐਕਸਪੋਜ਼ ਕਰ ਰਹੀ ਹੈ ਉਹਨਾਂ ਅਫਸਰਾਂ ਨੂੰ, ਉਹਨਾਂ ਰੈਕਟ ਨੂੰ। ਬਿਲਕੁਲ ਬਿਲਕੁਲ ਬਿਲਕੁਲ, ਇਹ ਇੰਨੀ ਕੁ ਗੱਲ ਜ਼ਰੂਰ ਹੈ ਕਿ ਦੇਖੋ 41% ਜਿਹੜਾ ਕਣਕ ਦਾ ਟੋਟਲ ਜਿਹੜਾ ਨੈਸ਼ਨਲ ਪੂਲ ਆ ਉਹ ਪੰਜਾਬ ਪੈਦਾ ਕਰ ਰਿਹਾ, ਤੇ 26% ਜਿਹੜਾ ਧਾਨ ਦਾ ਯਾਨੀ ਚੌਲਾਂ ਦਾ। ਇਹ ਕੋਈ ਛੋਟਾ ਨਹੀਂ ਹੈ, ਛੋਟੀ ਜਿਹੀ ਸਟੇਟ ਆ, ਅਸੀਂ ਕੋਈ ਕਿੰਨਾ ਕੁ ਹਿੱਸਾ ਜੋਗ੍ਰਾਫੀਕਲ ਏਰੀਆ ਵੀ ਬਹੁਤ ਹੀ ਥੋੜਾ ਆ ਸਾਡਾ ਪੰਜਾਬ ਦਾ, ਔਰ ਪਾਪੂਲੇਸ਼ਨ ਵੀ ਜੇ 130 ਕਰੋੜ 'ਚ ਦੇਖੀ ਜਾਏ ਤੇ 2.5-3 ਕਰੋੜ ਕੁਛ ਵੀ ਨਹੀਂ ਹੈਗੀ, ਹੈ ਨਾ। ਇੰਨਾ ਵੱਡਾ ਅਸੀਂ ਗ੍ਰੇਨ ਸਟੋਰ ਸਾਡੇ ਲਈ, ਤੇ ਪਰਟੀਕੁਲਰਲੀ ਸਾਡੀਆਂ ਗੌਰਮੈਂਟਾਂ ਨੂੰ ਪ੍ਰਾਇਓਰਿਟੀ ਹੋਣੀ ਚਾਹੀਦੀ। ਜੇ ਇੰਨਾ ਰੌਲਾ ਹੁਣ ਮੋਦੀ ਜੀ ਪਾ ਰਹੇ ਆ, 200 ਰੁਪਈਆ ਪਰ ਕੁਇੰਟਲ ਭਾਅ ਵਧਾ ਤਾ ਜੀ, 200 ਰੁਪਈਆ ਵਧਾ ਤਾ, ਹਾਲਾਂਕਿ ਉਹਦੇ 'ਚ ਕਈ ਕੁਛ ਚੋਰ ਮੋਰੀਆਂ ਉਹਦੇ 'ਚ ਹੈਗੀਆਂ ਆ, ਉਹ C2 ਦੀ ਕੋਸਟ ਆਫ ਪ੍ਰੋਡਕਸ਼ਨ ਤੇ ਨਹੀਂ ਵਧਾਇਆ, ਉਹ ਜਿਹੜੀਆਂ ਕੋਸਟ ਹੀ ਘੱਟ ਲਾਤੀ, ਇਹਦੇ ਕਰਕੇ ਉਹ ਪ੍ਰੋਡਕਸ਼ਨ ਜਿਹੜੀ ਉਹਦਾ ਫਾਇਦਾ ਜ਼ਿਆਦਾ ਲੱਗਦਾ। ਲੇਕਿਨ ਹਜੇ ਜ਼ਮੀਨੀ ਪੱਧਰ ਤੇ ਕਿਸੇ ਨੂੰ ਮਿਲਣਾ ਸ਼ੁਰੂ ਨਹੀਂ ਹੋਇਆ, ਕਿਸੇ ਨੂੰ ਇਹ ਜਿਹੜੀ ਹੈ ਫਾਇਦਾ ਨਹੀਂ ਪਹੁੰਚਾਇਆ ਕਿਸੇ ਨੇ 200 ਰੁਪਏ ਪ੍ਰਤੀ ਕੁਇੰਟਲ ਹਜੇ। ਹਾਂ ਹਾਂ, ਮੈਂ ਤੇ ਇਹੀ ਕਹਿੰਦਾ ਕਿ ਜੇ ਨੀਅਤ ਠੀਕ ਹੋਏ ਸਾਡੇ, ਕੀ ਆ ਕਿ
ਕੋਈ ਵੀ ਕਿਸੇ ਦੇ ਕੋਈ ਘਰ ਨਿਆਣਾ ਜੰਮ ਪਏ ਉਹਦੇ ਤੇ ਵੀ ਪੋਲੀਟਿਕਸ, ਜੇ ਕੋਈ ਕਿਸੇ ਦਾ ਬੰਦਾ ਮਰ ਜਾਏ ਉਹਦੇ ਤੇ ਵੀ ਪੋਲੀਟਿਕਸ, ਜੇ ਇੱਥੇ ਅਨਾਜ ਖਰਾਬ ਹੁੰਦਾ ਉਹਦੇ ਚ ਵੀ ਰਾਜਨੀਤੀ ਹੈ, ਜੇ ਕੋਈ ਇੱਥੇ ਪੈਦਾ ਹੁੰਦਾ ਉਹ ਵੀ। ਇਸ ਕਰਕੇ ਇਹ ਜਿਹੜੀ ਸਾਡੇ ਨਾ ਹਰ ਗੱਲ ਦੇ ਉੱਤੇ ਵੋਟਾਂ ਦੇ ਹਿਸਾਬ ਨਾਲ ਸੋਚਣਾ ਤੇ ਲੋਕਾਂ ਦੇ ਹਿਸਾਬ ਨਾਲ ਨਹੀਂ ਸੋਚਣਾ ਕਿ ਲੋਕਾਂ ਨੂੰ ਕੀ ਚਾਹੀਦਾ, ਇਹ ਇੱਕ ਬਦਕਿਸਮਤੀ ਆ। ਅਜੇ ਅਸੀਂ ਉੱਪਰ ਉੱਠੇ ਨਹੀਂ ਹੈ, ਮੈਚਿਓਰ ਡੈਮੋਕ੍ਰੇਸੀ ਨਹੀਂ ਹੋਈ, ਇਹ ਟਾਈਮ ਲੱਗੂਗਾ। ਪਰ ਪੈਸਾ ਮੈਂ ਤੁਹਾਨੂੰ ਦੱਸਣਾ ਇਹ ਚਾਹ ਰਿਹਾ ਸੀ ਵੀ 185-90 ਰੁਪਏ ਪਰ ਕੁਇੰਟਲ ਹੈਂਡਲਿੰਗ ਕੀ ਬਚਾਇਆ ਜਾ ਸਕਦਾ, ਇਹ ਛੋਟੀ ਗੱਲ ਨਹੀਂ ਹੈ। ਜਿੰਨਾ ਇਹ ਰੌਲਾ ਪਾ ਰਹੇ ਹੈ ਨਾ ਵੀ ਅਸੀਂ ਇੰਨੇ ਪੈਸੇ ਵਧਾ ਤੇ, ਇੰਨੀ ਕਿਤੇ ਤੁਸੀਂ ਵੈਸੇ ਬਚਾ ਸਕਦੇ ਆ। ਪਰ ਸਵਾਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਦੀ ਇੱਕ ਲੋਕਾਂ ਪ੍ਰਤੀ, ਉਹਨਾਂ ਦੇ ਹਿੱਤਾਂ ਪ੍ਰਤੀ ਲੋਕਾਂ ਨੂੰ ਕੀ ਚਾਹੀਦਾ, ਇੱਕ ਸਹਾਨੁਭੂਤੀ ਔਰ ਇੱਕ ਚੰਗੀ ਸੋਲਿਡ ਪਾਲਿਸੀ ਪ੍ਰੋਗਰਾਮ ਹੋਣੇ ਚਾਹੀਦੇ ਆ, ਇਹ ਸਾਰਾ ਕੁਝ ਕੀਤਾ ਜਾਂਦਾ। ਪਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਸਾਡੇ ਦੇਸ਼ ਦੇ ਵਿੱਚ ਇੰਨੀ ਪਾਵਰਟੀ, ਲੋਕ ਅੱਜ ਵੀ ਭੁੱਖ ਨਾਲ ਮਰਦੇ ਹੋਣ, ਦੂਜੇ ਪਾਸੇ ਤੁਸੀਂ ਅਨਾਜ ਨੂੰ ਉਂਝ ਪੈਦਾ ਹੋਏ ਅਨਾਜ ਨੂੰ ਐਨ ਮੰਡੀਆਂ ਦੇ ਵਿੱਚ ਹੀ ਰੋਲ ਕੇ ਰੱਖ ਦਿਓ ਜਾਂ ਸੜਨ ਦਿਓ, ਔਰ ਜਿਹੜਾ ਕਿ ਡੰਗਰ ਵੀ ਨਾ ਖਾ ਸਕਣ, ਉਹਨਾਂ ਦੇ ਵੀ ਖਾਣ ਦੇ ਕਾਬਿਲ ਨਾ ਰਹੇ। ਹਿਊਮਨ ਕੰਜ਼ੰਪਸ਼ਨ ਲਈ ਇਹ ਰਿਪੋਰਟ ਇੱਕ ਦੱਸਦੀ ਹੈ ਸਾਨੂੰ ਕਿ ਜਿਹੜਾ ਇਹ ਅਨਾਜ ਭੇਜਦਾ ਉਸ ਤੋਂ ਬਾਅਦ ਜਿਹੜਾ ਸੜਦਾ ਖਰਾਬ ਹੁੰਦਾ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਉਹ ਵਿਕ ਵੀ ਜਾਂਦਾ ਹੈ ਐਂਡ ਦੈਟ ਇਜ਼ ਨੋਟ ਗੁੱਡ ਫੋਰ ਯੋਰ ਹੈਲਥ। ਹਿਊਮਨ ਕੰਜ਼ੰਪਸ਼ਨ ਲਈ ਬਹੁਤ ਹੀ ਖਰਾਬ ਹੈਗਾ ਇਹ ਅਨਾਜ, ਤਾਂ ਯਾਨੀ ਕਿ ਇੱਕ ਤਾਂ ਅਫਸਰ ਜਿਹੜੇ ਨੇ, ਸਿਆਸਤਦਾਨ ਜਿਹੜੇ ਨੇ, ਇੱਕ ਤਾਂ ਜੇਬਾਂ ਵੀ ਭਰ ਰਹੇ ਨੇ ਅਤੇ ਦੂਜੇ ਪਾਸੇ ਜਿਹੜੇ ਸਾਡੇ ਹਿਊਮਨ ਬੀਂਗ ਨੇ, ਜਿਹੜੇ ਸਾਡੇ ਮਨੁੱਖ ਨੇ, ਉਹਨਾਂ ਦੇ ਵੀ ਪੇਟ ਔਰ ਉਹਨਾਂ ਦੇ ਵੀ ਜਿਹੜੇ ਬਿਮਾਰੀਆਂ ਉਹ ਲਾ ਰਹੇ ਨੇ ਇਸ ਅਨਾਜ ਤੋਂ। ਅਤੇ ਨਾ ਤਾਂ ਸਾਡਾ ਅਨਾਜ ਠੀਕ ਹੋਇਆ, ਨਾ ਸਾਡੀ ਕਿਸਾਨੀ ਠੀਕ ਹੋਈ, ਨਾ ਸਾਡਾ ਕਿਸਾਨ ਖੁਸ਼ ਹੋਇਆ। ਮੈਂ ਲਗਾਤਾਰ ਜਾਰੀ ਰੱਖਾਂਗਾ ਇਸ ਪੂਰੇ ਵਿਚਾਰ ਵਟਾਂਦਰੇ ਨੂੰ। ਪ੍ਰੋਫੈਸਰ ਮਨਜੀਤ ਸਿੰਘ ਜੀ ਹੋਰੀ ਮੇਰੇ ਨਾਲ ਜੁੜੇ ਹੋਏ ਨੇ, ਲੇਕਿਨ ਇਸ ਬ੍ਰੇਕ ਤੋਂ ਉਸ ਪਾਰ।